ਦੇਖੋ ਜੀ, ਬੜੇ ਮਾਣ ਨਾਲ ਕਹਿੰਦਾ ਵੀ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਹੈ, ਇਹਦੇ ਵਿੱਚ ਜਿਹੜੀ ਪੰਜਾਬ ਵਿੱਚ ਸਭ ਤੋਂ ਪਹਿਲੀ ਸਹਿਮਤੀ ਹੋਈ ਹੈ, ਸੰਮਤੀ ਹੋਈ ਹੈ ਪੰਚਾਇਤ ਦੀ, ਮੇਰੇ ਵਿਧਾਨ ਸਭਾ ਹਲਕੇ ਸਮਰਾਲੇ ਦੇ ਤਪਰੀਆਂ ਪਿੰਡ 'ਚ ਹੋਈ, ਅਤੇ ਬੜਾ ਮਾਣ ਵੀ ਮੈਨੂੰ ਮਹਿਸੂਸ ਹੋਇਆ, ਅਤੇ ਮੈਂ ਬੜੇ ਮਾਣ ਨਾਲ ਕਹਿੰਦਾ ਵੀ 178 ਪੰਚਾਇਤਾਂ ਨੇ ਮੇਰੇ ਸਮਰਾਲੇ ਦੀਆਂ, ਜਿਹਦੇ ਵਿੱਚ 58 ਪਿੰਡਾਂ ਦੀਆਂ ਸਹਿਮਤੀਆਂ ਸਭ ਤੋਂ ਸੰਮਤੀ ਨਾਲ ਸਰਪੰਚ ਚੁਣੇ ਗਏ ਨੇ, ਅਤੇ ਬੜਾ ਵਧੀਆ ਲੱਗਦਾ ਜਦੋਂ ਲੋਕ ਇਹਦੀ ਸਮਝਦਾਰ ਜਿਹੜੇ ਨੇ ਵਧੀਆ ਫੈਸਲੇ ਲੈਂਦੇ ਨੇ, ਅਤੇ ਵੀ ਇੱਕ ਸਹਿਮਤੀਆਂ ਹੋ ਗਈਆਂ ਸੀ ਕੁਛ ਕਾਰਨਾਂ ਕਰਕੇ ਜਿਹੜੀਆਂ ਰਹਿ ਗਈਆਂ, ਪਰ ਫਿਰ ਵੀ 57 ਸਹਿਮਤੀਆਂ ਹੋਣਾ ਕਿ ਬਹੁਤ ਵੱਡਾ ਗੱਲ ਅਤੇ ਇੱਕ ਵੱਡਾ ਰਿਕਾਰਡ ਆ ਮੇਰੇ ਖਿਆਲ 'ਚ, ਜਿਹੜੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਸਹਿਮਤੀਆਂ ਸੁਣਾਲੇ ਦੀਆਂ ਹੋਈਆਂ ਨੇ। ਹਾਂ, ਬੜੀ ਵਧੀਆ ਅਪੀਲ ਕੀਤੀ ਸੀ ਉਹ ਮਾਨ ਸਾਹਿਬ ਨੇ ਵੀ ਪਾਰਟੀ ਬਾਡੀ ਤੋਂ ਉੱਪਰ ਉੱਠ ਕੇ ਜਿਹੜਾ ਸਰਪੰਚ ਆ ਪਿੰਡਾ ਬਣਾਇਓ। ਆਪਾਂ ਅਕਸਰ ਦੇਖਦੇ ਹਾਂ ਵੀ ਧੜੇਬੰਦੀਆਂ ਬਣ ਜਾਂਦੀਆਂ ਸੀਗੀਆਂ ਕਿ ਚੋਣਾਂ ਦੇ ਟਾਈਮ 'ਤੇ, ਜਿਹੜੀਆਂ ਲਗਭਗ ਤੁਸੀਂ ਦੇਖੋ ਵੀ ਕਈ ਕਈ ਸਾਲ ਚੱਲਦੀਆਂ ਰਹਿੰਦੀਆਂ ਸੀਗੀਆਂ, ਅਤੇ ਮਾਨ ਸਾਹਿਬ ਨੇ ਅਪੀਲ ਕੀਤੀ ਸੀਗੀ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਸਰਪੰਚ ਆ ਸਰਪੰਚ ਕਿਸੇ ਪਾਰਟੀ ਦਾ ਨਾ, ਪਿੰਡ ਦਾ ਸਰਪੰਚ ਬਣਾਇਓ, ਅਤੇ ਲੋਕਾਂ ਨੇ ਬਾਖੂਬੀ ਉਹ ਸਾਰੀ ਗੱਲ ਨੂੰ ਮੰਨਿਆ ਵੀ ਆ। ਬਾਕੀ ਚਲੋ ਹਲਕਿਆਂ ਦੀ ਬਣੀ ਆ, ਪਰ ਮੈਂ ਕਹੂੰਗਾ ਵੀ ਬੜੇ ਸੁਲਝੇ ਹੋਏ ਲੋਕ ਨੇ ਮੇਰੇ ਸੁਣਨ ਵਾਲੇ ਹਲਕੇ ਦੇ, ਜਿਨ੍ਹਾਂ ਨੇ ਸਭ ਤੋਂ ਵੱਧ ਸਹਿਮਤੀਆਂ ਦੀ ਗੱਲ ਕਰਾਂ, ਸੰਮਤੀ ਦੀ ਗੱਲ ਕਰਾਂ, ਜਿਹੜੇ ਪੰਚਾਇਤ ਸਰਪੰਚ ਬਣਾਏ ਨੇ ਪੰਚਾਇਤ ਦੇ, ਉਹ ਵਿਧਾਨ ਸਭਾ ਹਲਕਾ ਸੰਭਾਲੇ 'ਚ ਬਣਾਏ ਨੇ। ਦੇਖੋ ਜੀ, ਬੜੀ ਗਲਤ ਗੱਲ ਆ, ਮੇਰੇ ਉਮੀਦ ਦੇ ਕਈ ਪਿੰਡ ਇਹੋ ਜਿਹੇ ਹੈਗੇ ਨੇ ਜਿੱਥੇ ਬਿਲਕੁਲ ਸਹਿਮਤੀ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਗੇੜਾ ਵੀ ਦੇ ਦਿੱਤਾ ਅਤੇ ਸਹੁੰਆਂ ਖਾ ਕੇ ਬੰਦੇ ਮੁੱਕਰ ਗਏ, ਬੜਾ ਰੋਊਂਗਾ ਇਹ ਜੋ ਕੁਛ ਵੀ ਹੋਇਆ, ਅਤੇ ਜਿਨ੍ਹਾਂ ਨੇ ਇਹ ਸਹਿਮਤੀਆਂ ਹੋਣ ਦੇ ਵਿੱਚ ਰੋਕ ਲਾਈ ਆ, ਮੈਂ ਲੋਕਾਂ ਨੂੰ ਕਹੂੰਗਾ ਵੀ ਡਟ ਕੇ ਵਿਰੋਧ ਕਰਿਓ, ਉਹਨਾਂ ਦੇ ਵਿਰੁੱਧ ਵੋਟਾਂ ਪਾਇਓ, ਅਤੇ ਜਿਨ੍ਹਾਂ ਬੰਦੇ ਨੂੰ ਸਹਿਮਤੀ ਹੋਈ ਸੀ ਉਹਨਾਂ ਨੂੰ ਜਿਤਾ ਕੇ ਜਿਹੜੇ ਪਿੰਡ ਦਾ ਸਰਪੰਚ ਜ਼ਰੂਰ ਬਣਾਇਆ। ਜਿਵੇਂ ਕਿਹਾ ਹੋਇਆ ਮਾਨ ਸਾਹਿਬ ਨੇ 5 ਲੱਖ ਰੁਪਇਆ। ਹਾਂਜੀ, ਦੇਖੋ ਮਾਨ ਸਾਹਿਬ ਨੇ ਕਿਹਾ ਉਹ ਤਾਂ ਮਿਲਣਾ ਮਿਲੂਗਾ, ਅਤੇ ਮੈਂ ਵੀ ਆਪਣੇ ਵੱਲੋਂ ਵਿਸ਼ਵਾਸ ਦਵਾਉਂਦਾ ਵੀ ਮੈਨੂੰ ਵੀ ਬੜਾ ਆਨੰਦ ਆਊਗਾ, ਦੇਖੋ ਸਾਰੀ ਟੀਮ ਨਵੀਂ ਬਣਨੀ ਹੈ ਇਹਨਾਂ ਨਾਲ ਕੰਮ ਕਰਨ ਦਾ, ਅਤੇ ਅਸੀਂ ਵੀ ਬੜੇ ਉਤਸ਼ਾਹਿਤ ਹਾਂ ਵੀ ਸਾਰੇ ਨਵੇਂ ਜਿਹੜੇ ਸਰਪੰਚ ਆਉਣਗੇ ਇਹਨਾਂ ਨਾਲ ਰਲ ਕੇ ਇੱਕ ਵਧੀਆ ਵਿਕਾਸ ਕਰੀਏ ਸੰਭਾਲੇ ਦਾ। ਮੈਂ ਇਹੀ ਅਪੀਲ ਕਰੂੰਗਾ ਵੀ ਉਸ ਨੂੰ ਸਰਪੰਚ ਬਣਾਇਓ ਜਿਹੜਾ ਸਰਪੰਚ ਪਿੰਡ ਲਈ ਖੜੇ। ਦੇਖੋ, ਮੈਂ ਆਮ ਆਦਮੀ ਪਾਰਟੀ ਤੋਂ ਸਰਪੰਚ ਬਣਿਆ, ਅਤੇ ਬਹੁਤ ਸਰਪੰਚ ਇਹੀ ਸੋਚ ਕੇ ਨਹੀਂ ਆਏ, ਵਿੱਚ ਲਗਭਗ ਕਾਫੀ ਗਿਣਤੀ ਦੀ ਵੀ ਹਾਂ ਜਿਹੜਾ ਐਮ ਐਲ ਏ ਆ ਉਹ ਆਮ ਆਦਮੀ ਪਾਰਟੀ ਦਾ। ਦੇਖੋ, ਜਦੋਂ ਮੈਂ ਐਮ ਐਲ ਏ ਬਣ ਗਿਆ, ਮੇਰੇ ਲਈ ਸਾਰੇ ਸਰਪੰਚ ਇੱਕੋ ਜਿਹੇ ਨੇ। ਹੁਣ ਵੀ ਮੈਂ ਕਹਿੰਦਾ ਜਿਹੜਾ ਸਰਪੰਚ ਨਿਰਪੱਖ ਹੋ ਕੇ ਚੱਲੂਗਾ, ਪਿੰਡ ਦੇ ਭਲੇ ਲਈ ਚੱਲੂਗਾ, ਜੋ ਪਿੰਡ ਲਈ ਸੋਚੂਗਾ ਉਹਨੂੰ ਸਰਪੰਚ ਚੁਣਿਓ। ਜਿਹੜਾ ਪਾਰਟੀ ਵਾਲੀ ਜਿਹੜੀਆਂ ਕਹਾਣੀਆਂ ਵੀ ਮੈਂ ਤਾਂ ਅੱਜ ਬਣ ਗਿਆ ਜੀ, ਮੁੜ ਕੇ ਕੱਲ੍ਹ ਨੂੰ ਮੇਰੇ ਤੱਕ ਪਹੁੰਚ ਵੀ ਨਾ ਕਰੇ ਅਤੇ ਪਿੰਡਾਂ ਦਾ ਵਿਕਾਸ ਵੀ ਨਾ ਕਰਾਓ ਕਰੇ, ਇਹੋ ਜਿਹੇ ਬੰਦਿਆਂ ਨੂੰ ਸਾਈਡ 'ਤੇ ਰੱਖ ਦਿਓ। ਇਹਨਾਂ ਬੰਦਿਆਂ ਨੂੰ ਪਤਾ ਲੱਗੇ ਵੀ ਜੇ ਸਰਪੰਚ ਆ ਸਰਪੰਚ ਪਿੰਡ ਦਾ ਹੋਣਾ ਚਾਹੀਦਾ।